ਸਾਤ੍ਰੀਕਾਲ ਸਾਰਿਆਂ ਨੂੰ ਮਾਸਟਰ ਕੇਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਈਟੀਟੀ 5994 ਭਰਤੀ ਸੰਬੰਧੀ ਵੀਡੀਓ ਚ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਈਟੀਟੀ 5994 ਭਰਤੀ ਦੇ ਉੱਪਰ ਕੋਰਟ ਕੇਸ ਲੱਗੇ ਹੋਣ ਕਰਕੇ ਭਰਤੀ ਦਾ ਜਿਹੜਾ ਕੋਈ ਵੀ ਪ੍ਰੋਸੈਸ ਹੈ ਉਹ ਡਿਪਾਰਟਮੈਂਟ ਦੇ ਵੱਲੋਂ ਜਾਂ ਭਰਤੀ ਬੋਰਡ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਲਿਸਟ ਨਵੀਂ ਨਹੀਂ ਆ ਰਹੀ ਕਿਉਂਕਿ ਭਰਤੀ ਦੇ ਉੱਪਰ ਕੋਰਟ ਕੇਸ ਲੱਗੇ ਹੋਣ ਕਰਕੇ ਹਲੇ ਜਿਹੜੀ ਕੇਸਾਂ ਦੀ ਸੁਣਵਾਈ ਆ ਉਹ ਚੱਲ ਰਹੀ ਹੈ ਪਰ ਅੱਜ ਸਵੇਰ ਤੋਂ ਇੱਕ ਨੋਟੀਫਿਕੇਸ਼ਨ ਜਿਹੜਾ ਗਰੁੱਪਾਂ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਕਿ ਇੱਕ ਖਾਸ ਕੈਟਾਗਰੀ ਨੂੰ ਸਟੇਸ਼ਨ ਚੋਇਸ ਲਈ ਬਲਾਉਂਡ ਲਈ ਸੱਦਾ ਦਿੱਤਾ ਗਿਆ ਹੈ 5 ਜਨਵਰੀ ਨੂੰ ਇਸ ਵੀਡੀਓ 'ਚ ਤੁਹਾਨੂੰ ਉਸ ਨੋਟੀਫਿਕੇਸ਼ਨ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ-ਜਿਹੜੇ ਸਾਥੀ ਈਟੀਟੀ 9994 ਭਰਤੀ ਨਾਲ ਸੰਬੰਧਿਤ ਨੇ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ ਤੇ ਸ਼ੇਅਰ ਵੱਧ ਤੋਂ ਵੱਧ ਕਰਨੀਆਂ ਹਾਲਾਂਕਿ ਮੈਂ ਬਹੁਤ ਘੱਟ ਕਹਿਣਾ ਹੁੰਨਾ ਵੀਡੀਓ ਸ਼ੇਅਰ ਕਰਨ ਨੂੰ ਇਹ ਮੈਂ ਤਾਂ ਕਹਿ ਰਿਹਾ ਤਾਂ ਕਿ ਇਹ ਅਪਡੇਟ ਆ ਜਿਹੜੀ ਉਹ ਸਾਰਿਆਂ ਤੱਕ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਸਾਥੀਆਂ ਨੇ ਸਾਨੂੰ ਫੋਨ ਮੈਸੇਜ ਆ ਰਹੇ ਆ ਕਿ ਸਾਰੇ ਜਿਹੜਾ ਨੋਟੀਫਿਕੇਸ਼ਨ ਆਇਆ ਕਿ ਸੱਚੀ ਸਟੇਸ਼ਨ ਚੁਆਇਸਲੀ ਬੁਲਾਇਆ ਹੈ ਜਾਂ 5 ਜਨਵਰੀ ਨੂੰ ਜਾਣਾ ਹੀ ਹੈ ਉੱਥੇ ਤਾਂ ਇਹਦੇ ਸੰਬੰਧੀ ਕਾਫੀ ਦੋ ਚਿੱਤੀ ਦੇ ਵਿੱਚ ਗੈਡਰ ਹੈਗਾ ਤਾਂ ਇਸ ਜਾਣਕਾਰੀ ਤੁਹਾਡੇ ਨਾਲ ਵੀਡੀਓ ਚ ਸਾਂਝੀ ਕਰਾਂਗੇ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਤਾਂ ਉਹ ਮਾਸਟਰ ਕੈਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤੇ ਨਾਲ ਹੀ ਆਪਣਾ WhatsApp ਤੇ Telegram ਗਰੁੱਪ ਦੇ ਲਿੰਕ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮਿਲਣਗੇ ਉਹ ਜੁਆਇਨ ਕਰ ਲਿਓ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਅੱਜ ਸਵੇਰ ਦਾ ਇੱਕ ਨੋਟੀਫਿਕੇਸ਼ਨ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ WhatsApp ਜਾਂ Telegram ਗਰੁੱਪਾਂ ਦੇ ਵਿੱਚ ਕਿ ਪਬਲਿਕ ਪਬਲਿਕ ਇਹ ਨੋਟਿਸ ਹੈ ਜਿਹੜਾ ਜਿਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ 21 12 2023 ਨੂੰ ਪਬਲਿਕ ਨੋਟਿਸ ਦਿੰਦੇ ਹੋਏ ਮਿਤੀ 17 7 2023 ਤੋਂ 4 8 2023 ਤੱਕ ਇਸ ਭਰਤੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਉਹਨਾਂ ਦੀ ਮੈਰਿਟ ਅਨੁਸਾਰ ਜਿਹੜਾ ਅਸਲ ਦਸਤਾਵੇਜ਼ ਦੀ ਸਕਰੂਟੀ ਲਈ ਬੁਲਾਇਆ ਗਿਆ ਸੀ ਤਾ ਇਸ ਭਰਤੀ ਸੰਬੰਧੀ ईटीटी 5994 ਅਸਾਮੀਆਂ ਵਿੱਚ ईडब्ल्यूएस ਫਾਰ ਜਨਰਲ ਕੈਟਾਗਰੀ ਨਾਲ ਸੰਬੰਧਤ ਉਮੀਦਵਾਰਾਂ ਦੀ ਜਿਹੜੀ ਸਕਰੂਟੀ ਲਈ ਬੁਲਾਇਆ ਗਿਆ ਸੀ ਉਹਨਾਂ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਲਈ ਭਰਤੀ ਡਾਇਰੈਕਟਰਡ ਬੋਰਡ ਦੇ ਦਫ਼ਤਰ ਵਿਖੇ ਮਿਤੀ 5 1 2024 ਨੂੰ ਸੱਦਾ ਦਿੱਤਾ ਜਾਂਦਾ ਹੈ ਤਾਂ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ईडब्ल्यूएस ਕੈਟਾਗਰੀ ਵਾਲੇ ਸਟੂਡੈਂਟਸ ਨੂੰ ਸਟੇਸ਼ਨ ਚੁਆਇਸ ਲਈ ਬੁਲਾਇਆ ਜਾਂਦਾ 5 ਜਨਵਰੀ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਇਹ ਨੋਟੀਫਿਕੇਸ਼ਨ ਬਿਲਕੁਲ ਫੇਕ ਹੈ ਇਦਾਂ ਦਾ ਕੋਈ ਵੀ ਨੋਟੀਫਿਕੇਸ਼ਨ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਅਫੀਸ਼ੀਅਲ ਜਿਹੜੀ ਵੈਬਸਾਈਟ ਬਣੀ ਹੋਈ ਹੈ ਅ ਭਰਤੀ ਬੋਰਡ ਦੀ ਰਿਕਰੂਟਮੈਂਟ ਬੋਰਡ ਦੀ ਉਹਦੇ ਉੱਪਰ ਕੋਈ ਵੀ ਇਦਾਂ ਦਾ ਨੋਟੀਫਿਕੇਸ਼ਨ ਨਹੀਂ ਆਇਆ ਲਾਸਟ ਨੋਟੀਫਿਕੇਸ਼ਨ 29 9 2023 ਦਾ ਹੈਗਾ ਜਿਹੜਾ ਸਕ੍ਰੀਟਰੀ ਡਾਕੂਮੈਂਟਸ ਦੇ ਨਾਲ ਸੰਬੰਧਿਤ ਹੈ ਤਾਂ ਪਹਿਲੀ ਗੱਲ ਤਾਂ ਤੁਸੀਂ ਇੱਥੋਂ ਦੇ ਦੇਖ ਸਕਦੇ ਹੋ ਕਿ ਫੇਕ ਹੈ ਤੇ ਬਾਕੀ ਜਿਹੜੇ ਇਹਨਾਂ ਨੇ ਪ੍ਰਿੰਟ ਕੀਤਾ ਹੋਇਆ ਇਹਦੀ ਉੱਪਰਲੇ ਪ੍ਰਿੰਟ ਨਾਲੋਂ ਨੀਚੇ ਵਾਲ ਦਾ ਜਿਹੜਾ ਫਰਕ ਹੈ ਤੇ ਦੂਸਰੀ ਗੱਲ ਇਹ ਕਿ ਹਲੇ ਤੱਕ ਜਿਹੜੀ ਕੋਈ ਵੀ ਲਿਸਟ ਨਹੀਂ ਜਾਰੀ ਹੋਈ ਤਾਂ ਲਿਸਟ ਜਾਰੀ ਹੋਣ ਤੋਂ ਪਹਿਲਾਂ ਸਟੇਸ਼ਨ ਚੋਇਸ ਕਿੱਦਾਂ ਹੋ ਜੂਗੀ ਉਹ ਵੀ ਖਾਸ ਕਰਕੇ ਕਿਸੇ ਇੱਕ ਕੈਟਾਗਰੀ ਦੀ ਈਡਬਲਯੂ ਐਸ ਕੈਟਾਗਰੀ ਦੀ ਕਿਉਂਕਿ ਜਦੋਂ ਵੀ ਸਟੇਸ਼ਨ ਚੋਇਸ ਹੋਣੀ ਹੈ ਤਾਂ ਇਕੱਠੀ ਹੋਣੀ ਹੈ ਜਰਨਲ ਐਸ ਸੀ ਬੀ ਸੀ ਐਮ ਬੀ სპੋਰਟਸਮੈਨ ਈਡਬਲਯੂ ਐਸ ਤਾਂ ਸਾਰਿਆਂ ਦੀ ਇਕੱਠੀ ਹੀ ਜਿਹੜੀ ਸਟੇਸ਼ਨ ਚੋਇਸ ਉਹ ਹੋਣੀ ਹੈ ਫਿਲਹਾਲ ਜਿਹੜੀ ਭਰਤੀ ਉਹ ਕੋਰਟ ਦੇ ਵਿੱਚ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਕੁਝ ਸਰਾਰਤੀ ਅਨਸਰ ਨੇ ਉਹ ਫੇਕ ਨੋਟੀਫਿਕੇਸ਼ਨ ਪਾ ਕੇ ਜਿਹੜਾ ਕਿਹੜਰ ਨੂੰ ਗਮਰਾਹ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੋਟੀਫਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਤੱਕ ਇਹ ਅਪਡੇਟ ਪਹੁੰਚ ਸਕੇ ਤੇ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹ ਨੋਟੀਫਿਕੇਸ਼ਨ ਆ ਜਿਹੜਾ ਬਿਲਕੁਲ ਫੇਕ ਹੈ ਕੋਈ ਵੀ ਇਦਾਂ ਦਾ ਜਿਹੜਾ ਨੋਟੀਫਿਕੇਸ਼ਨ ਨਹੀਂ ਆਉਂਦਾ ਜੇ ਆਊਗਾ ਤਾਂ ਸਭ ਤੋਂ ਪਹਿਲਾਂ ਸਾਈਟ ਦੇ ਉੱਪਰ ਉਹ ਸ਼ੋ ਹੋਊਗਾ ਜਿਵੇਂ ਤੁਸੀਂ ਸਕਰੀਨ ਤੇ ਹੁਣ ਵੀ ਦੇਖ ਰਹੇ ਹੋ ਕਿ ਸਾਈਟ ਦੇ ਉੱਪਰ 29 9 2023 ਦਾ ਨੋਟੀਫਿਕੇਸ਼ਨ ਹੀ ਹਲੇ ਵਾਇਰਲ ਹੋ ਰਿਹਾ ਹੈ ਤਾਂ ਇਸ ਤੋਂ ਬਿਨਾਂ ਕੋਈ ਵੀ ਨੋਟੀਫਿਕੇਸ਼ਨ ਸਤੰਬਰ ਤੋਂ ਬਾਅਦ ਨਹੀਂ ਆਇਆ ਇਹ ਬਿਲਕੁਲ ਫੇਕ ਨੋਟੀਫਿਕੇਸ਼ਨ ਹੈ ਕਿਉਂਕ ਸਕ੍ਰੂਟਨੀ ਹੋਣ ਤੋਂ ਬਾਅਦ ਪਹਿਲਾਂ ਸਿਲੈਕਸ਼ਨ ਲਿਸਟ ਆਉਣਗੀਆਂ ਸਿਲੈਕਸ਼ਨ ਲਿਸਟ ਆਉਣ ਤੋਂ ਬਾਅਦ ਫਿਰ ਕਿਤੇ ਜਾ ਕੇ ਜਿਹੜਾ ਸਟੇਸ਼ਨ ਚੁਆਇਸ ਹੋਣੀ ਹੈ ਇਸ ਕਰਕੇ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਸਿੱਖਿਆ ਵਿਭਾਗ ਦੀ ਕੋਈ ਵੀ ਅਪਡੇਟ ਆਉਂਦੀ ਹੈ ਕੋਈ ਫੇਕ ਆਉਂਦੀ ਹੈ ਕੋਈ ਰੀਅਲ ਅਪਡੇਟ ਆਉਂਦੀ ਹੈ ਤਾਂ ਉਹਦੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ